ਮੈਨੂੰ ਇੱਕ ਵਾਰ ਇੰਡੀਆ ਦੇ ਇੱਕ ਸਟੇਟ ਦੇ ਮੌਜੂਦਾ ਮੁੱਖ ਮੰਤਰੀ ਨੇ ਇਹ ਗੱਲ ਕਹੀ। ਉਹ ਕਹਿੰਦਾ ਕਿ ਇੰਡੀਆ ਦੇ ਵਿੱਚ ਜੇ ਕੁਛ ਵੀ ਸੈਂਟਰਲਾਈਜ਼ ਸਿਸਟਮ ਦੇ ਖਿਲਾਫ਼ ਕੁਛ ਵੀ ਖੜ੍ਹਨਾ ਜਿਹਦੇ ਵਿੱਚ ਅਦਰ ਕਲਚਰਸ ਜਿਹੜੇ ਹੈਗੇ ਆ ਉਹਨਾਂ ਦੀ ਉਹ ਆਪਣਾ ਆਜ਼ਾਦੀ ਦਾ ਨਿੱਘ ਮਾਣ ਸਕਣ ਤਾਂ ਉਹਦੇ ਧੁਰੇ ਸਿੱਖ ਹੀ ਆ ਸਕਦੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਸਾਡੀ ਤਾਂ ਪੋਲੀਟੀਕਲ ਵੇਟੇਜ ਬਹੁਤ ਘੱਟ ਹੈ, ਸਾਡੇ 13 MP ਹੈ, ਜੇ ਅਸੀਂ ਸਾਰੇ ਜਿਤਾ ਵੀ ਲਈਏ ਉਹ ਪੋਲੀਟੀਕਲ ਵੇਟੇਜ ਹੀ ਨਹੀਂ ਬਣਦੀ ਸਾਡੀ। ਮੈਨੂੰ ਕਹਿੰਦਾ ਨੋਰੋ, ਕਹਿੰਦਾ ਅਸੀਂ ਤੁਹਾਨੂੰ ਤੁਹਾਡੀ ਹਿਸਟਰੀ ਦੇ ਥਰੂ ਦੇਖਦੇ ਹਾਂ। ਉਹਨੇ ਮੈਨੂੰ ਇੱਕ ਐਗਜ਼ੈਂਪਲ ਦਿੱਤੀ, ਕਹਿੰਦਾ 1980 ਦੇ ਵਿੱਚ ਸੁਰਜੀਤ ਸਿੰਘ ਬਰਨਾਲੇ ਨੂੰ 7-8 MP ਹੋਣ ਦੇ ਬਾਵਜੂਦ ਇੰਡੀਆ ਦਾ PM ਮੰਨ ਲਿਆ ਸੀਗਾ ਬਾਕੀ ਸਾਰਿਆਂ ਨੇ। ਉਹ ਤਾਂ ਕਹਿੰਦਾ ਤੁਹਾਡੀ ਆਪਸ ਕਨਫਲਿਕਟ ਸੀਗੀ ਜਿਹੜਾ ਉਹ ਨਹੀਂ ਬਣ ਸਕਿਆ। ਕਹਿੰਦਾ ਕਿਸੇ ਹੋਰ ਨੂੰ ਨਹੀਂ ਇੱਦਾਂ ਮੰਨ ਸਕਿਆ, ਇੰਨੀ ਘੱਟ ਪੋਲੀਟੀਕਲ ਵੇਟੇਜ ਦੇ ਬਾਅਦ। ਹੁਣ ਹਿਸਟਰੀ ਦੇ ਥਰੂ ਦੇਖਣ ਕਰਕੇ ਇਹ ਆ ਵੀ ਕੈਨੇਡਾ ਦੇ ਵਿੱਚ ਸਾਡੇ 4 ਮਿਨਿਸਟਰ ਆ ਜਾਂਦੇ ਆ, ਸਾਡੇ ਨਾਲੋਂ ਜ਼ਿਆਦਾ ਗਿਣਤੀ ਵਾਲੇ ਹੋਰ ਗਰੁੱਪ ਵੀ ਹੈਗੇ ਉੱਥੇ। ਤੋ ਇਹ ਜਿਹੜੀ ਸਾਡੀ ਇੱਕ ਇਤਿਹਾਸਿਕ, ਜਿਸ ਕਰਕੇ ਸਾਡਾ ਇਤਿਹਾਸ ਖੜ੍ਹਾ ਸੀਗਾ ਕਿ ਜੇ ਇਸ ਖਿੱਤੇ ਦੇ ਵਿੱਚ ਦੁਬਾਰਾ ਕੋਈ ਬਰਾਬਰਤਾ ਵਾਲਾ ਇਨਸਾਫ ਪਸੰਦ ਨਿਜ਼ਾਮ ਲੈ ਕੇ ਆਉਣਾ, ਉਹਦੀ ਜਿਸ ਤਰ੍ਹਾਂ ਦੀ ਸਾਡੀ ਹਿਸਟਰੀ ਸੀਗੀ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਰਹੀ ਜਾਂ ਉਹ ਤੋਂ ਪਹਿਲਾਂ ਮਿਸਲਾਂ ਦੀ ਰਹੀ, ਮਿਸਲਾਂ ਦੀ ਜਿੰਨੀ ਵੀ ਹਿਸਟਰੀ ਉਹ ਸਾਰੀ ਇਸੇ ਇੱਕ ਨੁਕਤੇ 'ਤੇ ਖੜ੍ਹੀ ਸੀਗੀ ਕਿ ਰਾਖੀ ਸਿਸਟਮ ਜਿਹੜਾ ਸਿੱਖਾਂ ਦਾ ਖੜ੍ਹਾ ਹੋਇਆ ਉਹ ਇੱਥੋਂ ਦੀ ਪੰਜਾਬ ਦੀ ਅਤੇ ਈਵਨ ਸਹਾਰਨਪੁਰ ਤੋਂ ਲੈ ਕੇ ਜਿਹੜੀ ਵੱਡੀ ਮੁਸਲਿਮ ਬਹੁ ਗਿਣਤੀ ਸੀਗੀ ਉਹ ਆਪ ਆਪਣੀ ਵਿਲ ਦੇ ਨਾਲ ਸਿੱਖਾਂ ਦੇ ਰਾਖੀ ਪ੍ਰਬੰਧ ਦੇ ਥੱਲੇ ਆਈ। ਰਾਜ ਉਦੋਂ ਬਾਅਦ ਸਥਾਪਿਤ ਹੋਇਆ, ਸਿੱਖਾਂ ਦਾ ਰਾਖੀ ਪ੍ਰਬੰਧ ਪਹਿਲਾਂ ਸਥਾਪਿਤ ਹੋ ਗਿਆ ਸੀਗਾ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਅਫਗਾਨਾਂ ਅਤੇ ਮੁਗਲਾਂ ਕੋਲੋਂ ਸਾਨੂੰ ਪ੍ਰੋਟੈਕਟ ਕਰਦੇ। ਸਿੱਖਾਂ ਨੇ ਕੀਤਾ, ਜਦੋਂ ਅਬਦਾਲੀ ਆਏ ਅਤੇ ਉਹਨੇ ਜਦੋਂ ਉਹਦੇ ਸਾਰੇ ਹਮਲਿਆਂ ਤੋਂ ਬਾਅਦ ਉਹਦਾ ਰਾਜ ਸਥਾਪਿਤ ਨਹੀਂ ਹੋ ਰਿਹਾ ਸੀਗਾ, ਉਹਨੇ ਲਾਹੌਰ ਦੇ ਸਾਰੇ ਪਤਵੰਤੇ ਸੱਦੇ, ਕਹਿੰਦਾ ਤੁਸੀਂ ਦੱਸੋ ਮੈਂ ਕਿਹਨੂੰ ਗਵਰਨਰ ਲਾਵਾਂ ਅਤੇ ਰਾਜ ਸਥਾਪਿਤ ਰਹੇ। ਤੋ ਜਿੰਨੇ ਸਾਰੇ ਪਤਵੰਤੇ ਸੀਗੇ, ਲਾਹੌਰ ਸਿੱਖ ਤਾਂ ਹੈ ਨਹੀਂ ਸੀਗੇ, ਉਹਨਾਂ ਨੇ ਕਿਹਾ ਜੀ ਲਹਿਣਾ ਸਿੰਘ ਨੂੰ ਲਾ ਦਿਓ, ਉਹ ਇਨਸਾਫ ਪਸੰਦੀ ਦਾ ਰਾਜ ਚਲਾ ਸਕਦਾ। ਤੋ ਸਿੱਖਾਂ ਦੇ ਇਤਿਹਾਸ ਦਾ ਜਿਹੜਾ ਇਹ ਨੁਕਤਾ ਸੀਗਾ ਕਿ ਸਿੱਖ ਇਹ ਸਾਰੇ ਖਿੱਤੇ ਦੇ ਵਿੱਚ ਦੁਬਾਰਾ ਇਨਸਾਫ ਪਸੰਦ ਰਾਜ ਦਾ ਧੁਰਾ ਬਣ ਸਕਦੇ ਆ, ਉਸ ਗੱਲ ਦੀ ਸਥਾਪਤੀ ਜਿਹੜੀ ਇਸ ਮੋਰਚੇ ਦੀ ਸਭ ਤੋਂ ਵੱਡਾ ਹਾਸਲ ਹੈ।